कोई आ ही ना जावे, अजे तक इहदा फोन भी नहीं आया। ਉਹ ਚੱਕ ਲਾ ਹੁਣ। ਉਹ ਹੈਲੋ, ਬਾਹਰ ਆ ਜਾ ਛੇਤੀ, ਮੈਂ ਕਦੋਂ ਦਾ ਖੜ ਵੇਟ ਕਰੀ ਨਾ ਇੱਥੇ, ਪਹਿਲੀ ਕਿੰਨਾ ਲੇਟ ਹੋ ਗਏ। ਉਹ ਚੱਲ ਚੱਲ ਚੰਗਾ, ਤੂੰ ਬਾਲੀਆਂ ਗੱਲਾਂ ਨਾ ਮਾਰ, ਜਲਦੀ ਬਾਹਰ ਆ ਜਾ, ਇਹਨਾਂ ਨੂੰ ਕੋਈ ਆ ਜਾਊਗਾ। ਹਾਂ ਹਾਂ, ਬਸ ਮੈਂ ਆ ਗਈ। ਓ ਯਾਰ ਕੀ ਆ ਇਹ, ਕਿੰਨਾ ਟਾਈਮ ਲਾਤਾ ਤੂੰ? ਟਾਈਮ ਮੈਂ ਲਾਇਆ ਕਿ ਤੂੰ ਲਾਇਆ? ओ चल चंगा, तू बालियां गल्ला ना मार, बह जा, इस तो पहले कोई देख ले अपन कोई आ जाऊगा जल्दी कर। हां छेती बैठा। ओ की हो गया तेनू? ना ओले मेनू ना बहुत डर लग रहा है। क्यों, आपा कुछ गलत तो नहीं कर रहे? ओ गलत कुछ नहीं कर रहे, तू हमें टेंशन ले जाने की। तू ना एवें कर, मेनू घरे छड़ दे। ओ तेरा दिमाग सही हैगा, घरे छड़ दे। पहला तो तू रट लई सी ब्याह कराउणा, ब्याह कराउणागा, हुण तेनू मैं घरे छड्डावां वापस। मैं तां पताई सी कम्म तेरे का फिर। पर मैनू तां तेरी फैमिली बारे भी नहीं पता। ओ यार फैमिली च की बीज जणे नेगे, इक बापू आ मेरा। पता नहीं तुहाडे बापू मैनू एक्सेप्ट करनगे भी कि नहीं, होर मैं अपनी फैमिली तों भी जांदी लगा। ओ यार तेनू, तू टेंशन लैण दी लोड़ नहीं, मैं तेरे नाल हैगा ना। क्यों टेंशन लई हैगी तू? पक्का? हां पक्का, तू बैठ मेरे नाल, आपां घर चल देंगे। जा देख ला, हाले भी एक बारी सोच ला। ओ यार सोचा होया ना, थोड़ा भी कुड़ियों का दिमाग खराब हो रहा है सारा सारा। ओए आ जा, बोले मैं ना तू कोई कुछ कहूंगा ता नहीं। ओ इत्थे कह नाल हैगा कौन आंगा? ओ बैठा बापू मेरा, कल्ला ओही आंगा, कोई चक्कर नहीं होता मनु। तू आ जा, आ जा, आ देख बापू पे अपना। बापू कौन है ओए कुड़ी? बापू तेरी नूं आ गई, मैं ब्याह करा लिया। नूं? हाँ बापू। ओए तू टलिया नहीं, करता उही काम। ओ यार टालने वाली बापू की गल हैगी? ओ माड़ी मोटी तेनू संग शर्म आनी चाहिए, क्यों किसी कुड़ी की जिंदगी खराब कर लग रहे? ओ इनू तो तेरे बारे कुछ नहीं पता होना, पर तेनू तो पता आपदे बारे। ओ बापू तू घट्टो घट ये सामने तो चुप कर जा, हरेक थामे बोलन लगे ना तू। यार आहो ऊई तो हुण मैं आपे बोलदा, संग शर्म तो आउंदी नहीं तेनू, ਕਿੱਥੇ ਖੂਨ ਪੀਤਾ ਮਾੜੀ ਦਾਦ ਨੇ। ਚੰਗਾ ਬਾਪੂ, ਪ੍ਰੀਤ ਤੂੰ ਆ ਜਾ ਕਰ ਲੈ ਯਾਰ, ਤੇਰਾ ਬਾਪੂ ਤੂੰ ਹੀ ਬੁੱਢੀ ਜਾਂਦਾ। ਓਏ ਆ ਜਾ ਪ੍ਰੀਤ, ਆ ਜਾ। ਰੁਕੋ ਮੇਰੀ ਗੱਲ ਸੁਣੋ। ਉਹ ਹੁਣ ਕੀ ਹੋ ਗਿਆ ਤੈਨੂੰ? ਬਾਪੂ ਜੀ ਨਾਲ ਗੁੱਸਾ ਕਿਉਂ ਕਰ ਰਹੇ ਸੀ? ਕਿਹੜੀ ਗੱਲ ਕਰ ਰਹੇ ਸੀ ਆਪਣੇ ਬਾਰੇ, ਕੀ ਨਹੀਂ ਪਤਾ ਮੈਨੂੰ? ਓਏ ਹੋਰ ਕੋਈ ਗੱਲ ਨਹੀਂ, ਉਹ ਤਾਂ ਆਪਣੇ ਵਿਆਹ ਤੋਂ ਗੁੱਸੇ ਸੀ, ਆਪਾਂ ਬਿਨਾਂ ਦੱਸੇ ਵਿਆਹ ਕਰਵਾ ਲੈਣਾ ਉਹਨੂੰ, ਤਾਂ ਕਰਕੇ ਗੁੱਸੇ ਸੀ ਬਾਪੂ ਆਪਣੇ ਨਾਲ। ਨਹੀਂ ਨਹੀਂ ਬੋਲੇ, ਮੈਨੂੰ ਦੱਸੋ। ਓਏ ਤੈਨੂੰ ਮੇਰੇ ਤੇ ਯਕੀਨ ਨਹੀਂ ਹੈਗਾ ਹੁਣ? ਤੈਨੂੰ ਤੂੰ ਤਾਂ ਉਹੀ ਜਨਾਨੀ ਵਾਲੀ ਗੱਲਾਂ ਲੱਗ ਕਰਨਾ, ਹਲੇ ਤੈਨੂੰ ਆਈ ਨੂੰ ਇੱਕ ਘੰਟਾ ਹੋ ਗਿਆ, ਹੁਣ ਹੀ ਤੂੰ ਸ਼ੱਕ ਕਰਨ ਲੱਗ ਗਈ। ਪੱਕਾ ਨਾ ਕੋਈ ਗੱਲ ਨਹੀਂ ਹੈ। ਓ ਯਾਰ ਕੋਈ ਗੱਲ ਨਹੀਂ, ਤੇਰੀ ਸੌਂ ਲੱਗੇ, ਇਹ ਜੀ ਕੋਈ ਗੱਲ ਨਹੀਂ ਹੈਗੀ, ਤੂੰ ਤਾਂ ਐਵੇਂ ਸ਼ੱਕ ਕਰੀ ਜਾਂਦੀ ਹੈਗੀ। ਚੱਲ ਆ ਜਾ ਅੰਦਰ ਚੱਲੇ ਆਪਾਂ। ਓਏ ਆ ਵੀ ਜਾਸ਼ਾ, चाह फड़ तेन दस दंगा ਇਹ ਤੇਰੀ ਭਰਜਾਈ ਹੈਗੀ। ਭਰਜਾਈ? ਉਹ ਤੈਂ ਕਦੋਂ ਵਿਆਹ ਕਰਾ ਲਿਆ ਬਈ? ਓਏ ਮੈਂ ਲਵ ਮੈਰਿਜ ਕਰਾਈ ਹੈਗੀ। ਅੱਛਾ, ਕੁੜੀ ਨੂੰ ਭਜਾ ਕੇ ਲਿਆਂਗਾ। ਓਏ ਆਹਾ, ਆ ਕਰੀਆ ਮਰਦਾਂ ਵਾਲੀ ਗੱਲ। ਹਾਂ ਮੈਂ ਵੀ ਕਰਦਾ ਫਿਰ ਕੋਈ ਇਹੋ ਜਿਹੀ ਕਾਰਵਾਈ। ਉਹ ਹੋਰ ਤੈਨੂੰ ਤਾਂ ਆਪਣੀ ਰਿਸ਼ਤਾ ਆਉਂਦਾ, ਤੂੰ ਵੀ ਕਰਦੇ ਇਹੋ ਜਿਹਾ ਕੰਮ ਕੋਈ? ਗੱਲ ਸੁਣ, ਅੱਜ ਸ਼ਾਮ ਨੂੰ ਆ ਜੀ, ਮਾਲ ਜਾਂਗਾ। ਪੱਕੀ ਗੱਲ ਆ? ਹਾਂ ਚੱਲ ਠੀਕ ਆ, ਮੈਂ ਸ਼ਾਮ ਨੂੰ ਮਿਲਦਾ ਤੇਰੇ ਕੋਲ, ਹੁਣ ਤੂੰ ਬਾਹਲਾ ਰੌਲਾ ਨਾ ਪਾ ਇੱਥੇ, ਠੀਕ ਆ? ਤੂੰ ਹੁਣ ਜਾ ਇੱਥੋਂ ਤੇ ਐਂ ਕਰੀ, ਪੈਸੇ ਉਹ ਸਭ ਮਿਲੂਗਾ, ਤੂੰ ਟੈਨਸ਼ਨ ਨਾ ਲੈ। ਬੋਲੇ ਹਾਂ, ਇਹ ਕੌਣ ਸੀ?
ਇਹ ਮੇਰਾ ਦੋਸਤ ਸੀ। ਅੱਛਾ ਤੇ ਨਾਲੇ ਤੂੰ ਕੀ ਕਹਿ ਰਿਹਾ ਸੀ, ਹੌਲੀ ਬੋਲ ਹੌਲੀ ਬੋਲ। ਓਹੋ ਉਹ ਤਾਂ ਉੱਚੀ ਵਾਲਾ ਬੋਲਦਾ, ਉਹਨੂੰ ਮੈਂ ਤਾਂ ਕਿਹਾ ਸੀ ਵੀ ਹੌਲੀ ਬੋਲਿਆ ਕਰ। ਤੇ ਨਾਲੇ ਉਹ ਤੈਨੂੰ ਸ਼ਾਮ ਨੂੰ ਕਿਉਂ ਬੁਲਾ ਰਿਹਾ ਸੀ? ਇੱਕ ਤਾਂ ਸ਼ੱਕ ਇੰਨਾ ਕਰਦੀ ਆ, ਓਏ ਉਹ ਤਾਂ ਆਪਣੇ ਵਿਆਹ ਦੀ ਪਾਰਟੀ ਮੰਗਦਾ ਸੀਗਾ। ਪੱਕਾ ਇਹੀ ਗੱਲ ਹੈ ਨਾ? ਉਹ ਇਹੀ ਗੱਲ ਹੈ। ਵੈਸੇ ਭੋਲੇ ਜਿੰਨਾ ਭੋਲਾ ਤੂੰ ਬਣਦਾ ਨਾ ਉਹਨਾਂ ਤੋਂ ਹੈ ਨਹੀਂ। ਓਏ ਤੂੰ ਹੀ ਨਾ ਸ਼ੱਕਰੀ ਜਗਰ ਸਾਰਾ, ਚਲ ਆ ਜਾ ਚੱਲੇ ਤਾਂ। ਉਸੇ ਸ਼ੌਕ ਨੂੰ ਕਰਾਈਆਂ ਮੁੱਛਾਂ ਘੁੰਡੀਆਂ, ਲੋਕ ਬਹਿਲੀ ਕਹਿਣ ਲੱਗ ਪਏ। ਹੋਰ ਭੋਲਾ ਜੀ ਕਿੱਧਰ ਦੀ ਤਿਆਰੀ ਹੈ? ਕੁਛ ਨਹੀਂ, ਬਸ ਮੈਂ ਆਪਣੇ ਦੋਸਤ ਕੋਲ ਜਾ ਕੇ ਆਵਾਂਗਾ। ਨਾ ਜਾਓ ਨਾ। ਮੈਂ ਤਾਂ ਬਸ ਹੁਣ ਆ ਜਾਣਾ, ਥੋੜ੍ਹਾ ਤਾਂ ਟਾਈਮ ਲੱਗਣਾ ਗਾ। ਫਿਰ ਮੈਂ ਵੀ ਤੁਹਾਡੇ ਨਾਲ ਜਾਊਂਗੀ। ਲੈ ਤੂੰ ਦੱਸ ਉੱਤੇ ਕੀ ਕਰੇਂਗੀ? ਵੈਸੇ ਨਾ ਨਾ ਤੂੰ ਨਹੀਂ ਜਾਣਾ, ਮੇਰੀ ਗੱਲ ਸੁਣਾ। ਮੈਂ ਹੁਣੇ ਗਿਆ ਤੇ ਆਇਆ, ਬਸ ਤੂੰ ਵੇਟ ਕਰ, ਬੜਾ ਟਾਈਮ ਲਾਉਂਦਾ ਮੈਂ। ਜਾਊਂਗੀ ਨਾ। ਪੱਕਾ ਪੱਕਾ ਪੱਕਾ। ਓ ਜਸ ਓਏ ਆ ਗਿਆ ਬੋਲੇ ਤੂੰ? ਓਏ ਆ ਗਿਆ, ਉਹ ਛੇਤੀ ਸਮਾਨ ਦੱਸ ਕਿੱਥੇ ਆ? ਉਹ ਪੈਸੇ ਲੈ। ਉਹ ਪੈਸੇ ਤਾਂ ਲਿਆਇਆ ਛੇਤੀ ਦਾ। ਪੈਸੇ ਦੇ ਪਹਿਲਾਂ। ਉਹ ਤੂੰ ਲੈ ਲੈ ਪੈਸੇ, ਮੈਨੂੰ ਤਾਂ ਔਖਾ ਹੋ ਰਿਹਾ, ਤਲਬ ਲੱਗ ਰਿਹਾ, ਬਹੁਤ ਤੋੜ ਲੱਗ ਰਹੀ ਹੈ ਯਾਰ। ਤੂੰ ਮੈਨੂੰ ਸਮਾਨ ਦੇ ਕੇ ਨਾ ਛੇਤੀ। ਆ ਜਾ ਅੰਦਰ। ਕਿਉਂ ਬੋਲੇ ਠੀਕ ਹੈ? ਸਮਾਨ ਬਹੁਤ ਟੌਪ ਦਾ ਦਿਓ ਜਸ। ਹਾਂ ਭੋਲੇ ਆ ਗਏ ਤੁਸੀਂ? ਓਏ ਆ ਗਿਆ। ਕਿੱਥੇ ਰਹਿ ਗਏ ਸੀ? ਇੱਥੇ ਸੀ। ਤੇਰੇ ਕਰਕੇ ਮੈਂ ਆਪਣਾ ਘਰ ਪਰਿਵਾਰ ਸਭ ਕੁਝ ਛੱਡ ਕੇ ਆਈ, ਤੂੰ ਨਸ਼ੇ ਕਰਦਾ। ਬੋਲ ਹੁਣ, ਬੋਲਦਾ ਕਿ ਨਹੀਂ? ਤੂੰ ਮੇਰੀ ਜ਼ਿੰਦਗੀ ਬਰਬਾਦ ਕਰਤੀ। ਬੋਲੇ ਬੋਲ। ਓਏ ਪਰਾ ਮਰ, ਤੂੰ ਦਿਮਾਗ ਖਰਾਬ ਕੀਤਾ ਕਿੱਥੋਂ? ਮੈਂ ਬਰਬਾਦ ਹੋ ਗਈ। ਮੇਰੇ ਕਿੰਨੇ ਅਰਮਾਨ ਸੀ, ਤੂੰ ਮੇਰੇ ਸਾਰੇ ਅਰਮਾਨਾਂ ਦੇ ਪਾਣੀ ਫੇਰਤਾ। ਬਸ ਹੁਣ ਨਹੀਂ ਮੈਂ ਇਸ ਘਰ 'ਚ ਰਹਿ ਸਕਦੀ। ਮੈਂ ਸਵੇਰ ਹੁੰਦੇ ਹੀ ਆਪਣੇ ਘਰ ਵਾਪਸ ਚਲ ਜਾਣਾ। ਬੱਪੂ ਕੀ ਹੋ ਗਿਆ? ਪ੍ਰੀਤ ਤੂੰ ਇੱਥੇ ਬੈਠੀ ਆ, ਗੱਲ ਤਾਂ ਦੱਸੋ ਕੀ ਹੋ ਗਈ? ਹੋਣ ਨੂੰ ਕੀ, ਹੁਣ ਕਸਰ ਕੋਈ ਬਾਕੀ ਹੈ? ਬਾਪੂ ਗੱਲ ਤਾਂ ਦੱਸ, ਹੋਇਆ ਕੀ ਹੈ? ਜਿਹੇ ਜਿਹੀਆਂ ਤੂੰ ਕਰਤੂਤਾਂ ਕਰਦਾ ਨਾ, ਤੈਨੂੰ ਤਾਂ ਡੁੱਬ ਕੇ ਮਰ ਜਾਣਾ ਚਾਹੀਦਾ। ਤੇਰੀ ਰਾਤ ਦੀ ਇੱਕ ਹਰਕਤ ਨੇ ਆ ਕੁੜੀ ਦੀ ਜਾਨ ਲੈ ਲੈਣੀ ਸੀ। ਜਾਨ? ਉਹ ਕਿਵੇਂ? ਹੁਣ ਨਹੀਂ ਮੈਂ ਰਹਿਣਾ ਇਸ ਘਰ 'ਚ, ਮੈਂ ਤਾਂ ਬਸ ਚੱਲੀ ਆ। ਪਰ ਮੈਂ ਜਾਵਾਂਗੀ ਕਿੱਥੇ? ਮੇਰਾ ਤਾਂ ਕੋਈ ਘਰ ਹੀ ਨਹੀਂ ਹੈਗਾ। ਜੇ ਮੈਂ ਬਾਪੂ ਕੋਲ ਵੀ ਗਈ, ਉਹਨਾਂ ਨੇ ਮੈਨੂੰ ਘਰੇ ਨਹੀਂ ਵਾੜਨਾ। ਹਾਏ ਰੱਬਾ ਇਹ ਕੀ ਹੋ ਗਿਆ? ਭੋਲੇ ਨੇ ਵੀ ਮੈਨੂੰ ਧੋਖਾ ਦੇ ਦਿੱਤਾ, ਹੁਣ ਮੈਂ ਕੀ ਕਰਾਂ? ਹੁਣ ਤਾਂ ਮੈਂ ਆਪਣੇ ਘਰ ਵੀ ਨਹੀਂ ਜਾ ਸਕਦੀ, ਹੁਣ ਮੈਂ ਕੀ ਕਰਾਂ? ਮੈਂ ਤਾਂ ਬਰਬਾਦ ਹੋ ਗਈ। ਹੁਣ ਮੈਂ ਕੀ ਕਰਾਂ? ਆ ਕੀ ਹੈ? ਜ਼ਹਿਰ? ਹੁਣ ਮੇਰੇ ਕੋਲ ਹੋਰ ਕੋਈ ਰਸਤਾ ਨਹੀਂ ਬਚਿਆ।
भाई आ की कर रही है तू? बापूजी हुन मैं नहीं जीना। वो ये तो जहर दी शीशी है। बापूजी भोले ने मेरी जिंदगी बर्बाद करती। बापूजी भोले ने मेरी जिंदगी बर्बाद करती। उन्हें मैंने बहुत वड्डा धोखा दिता। देख पुत्त मैं मानता कि भोले की गलती है, पर इहदा मतलब यह नहीं कि भोले दे करके तू आपदी जान गवा दे। जिंदगी इन्नी सौखी नहीं मिलती होंगी। भोले नाल मैं गल करूंगा सवेरे, ठीक है ना? आपां दोवें रल के समझावांगे, वह मेरी गल जरूर मन जूगा, ठीक है ना पुत्त? ठीक है बापू जी। चल पुत्त अंदर चलिए, चल यह काम नहीं करते होंगे अगे। प्रीता तू ये की कर लगी सी? तेनू जमा ख्याल नहीं आया मेरा? तुसी भी तो मैनू झूठ बोलिया, तुसी भी तो मेरे बारे नहीं सोचा, मैनू दस्या नहीं कि तुसी नशे करते हो। भोले मैं तेरे लिए अपना सारा कुछ छड्ड के आई, पर तू की किता मेरे नाल? भोले एक कुड़ी है, अपना कारोबार छड्ड के आई है तेरे खातर, ते तू इहदे खातर एक नशे नहीं छड्ड सकदा? प्रीता मैनू माफ कर दे यार, मैं तो गलती हो गई, मैं तो बहुत बड़ी गलती होगी, मैंने अपनी गलती का एहसास हो गया, अज मेरी गलती ने तेरी जान ले लेनी सी। प्रीत मैं माफ कर दे, मैं अज तो बाद नशे नहीं कर देगा, मैं पक्का नशे छड़ दूंगा। मैं भोले मैनू तो सारी उम्र होगी तेनू समझाउंदे नू वी नशे छड़ दे, पर तैं मेरे कहे तू कदे नशे नहीं छड़े। तू हुण आ जिहड़ी कुड़ी है इहदे खातर नशे छड़ दे, क्यों आपदी जिंदगी खराब करन लग रहे? हाँ बापू तू सही कह रहा है, मैं तेनू बहुत दुख दिते ने, कदे तेरी गल नहीं मन्नी हैगी, पर अज तो बाद मैं कदे नशे नहीं कर देगा। प्रीत मैं तेरे नाल भी वादा कर दंगा कि अज तो बाद मैं सारे नशे छड़ दूंगा, मैं कदे नशा नहीं करता। पक्का ना? हाँ पक्का, मैं सारे नशे छड़ दूंगा। देख प्रीत पुत इहने अज तेरे नाल इक वादा करिया ना कि मैं नशे छड्डूंगा, तां मैं भी तैनू इक गल कहनी चाहुंदा। हाँ जी बापू जी बोलो। मैं प्रीत तैनू तेरे घर छड्ड के आऊंगा, चंगे घरां दीआं जिहड़ियां कुड़ियां हुंदियां ने उह भज के ब्याह नहीं करवाउंदी हुंदियां। हुण इहने तेरे नाल वादा करिया ना कि मैं नशे छड़ दूंगा, तां हुण जदों इह आपदे वादे ते पूरा उतर जूगा ना, तां मैं खुद तेरे घरे जाऊं ते तेरा रिश्ता लैके आउणा। ठीक है? ठीक है बोले। हाँ बापू ठीक है, जिवें तूं कहे। मैनू अपनी गलतियां दा एहसास है, मैं बहुत गलतियां कीतियां ने, बहुत दुख दित्ते ने तैनूं, पर अज तों बाद मैं तैनूं कोई दुख नहीं देना चाहुंदा, नाले प्रीत नूं मेरे करके बेचारी दी जान जाण लगी सी अज, प्रीत मैनूं माफ़ कर दे, मैं अगे तों तैनूं कदे कोई दुख नहीं देवांगा। ਉਹ ਨਾਲੇ ਭਾਈ ਦੇਖ ਇਹੋ ਜਿਹੀ ਕੋਈ ਅੱਗੇ ਤੋਂ ਗਲਤੀ ਨਹੀਂ ਕਰਦੇ ਹੁੰਦੇ, ਲੜਾਈਆਂ ਝਗੜੇ ਜਾਂ ਹੋਰ ਤਾਂ ਇਹੋ ਜਿਹਾ ਕੰਮ ਤਾਂ ਹੁੰਦੀ ਰਹਿੰਦੇ ਹੁੰਦੇ ਨੇ। ਉਹ ਨਾਲੇ ਭਾਈ ਇਹੋ ਜਿਹੀਆਂ ਗਲਤੀਆਂ ਨਹੀਂ ਕਰਦੇ ਹੁੰਦੇ, ਦੁੱਖ ਤਕਲੀਫਾਂ ਤਾਂ ਜ਼ਿੰਦਗੀ 'ਚ ਆਉਂਦੀ ਜਾਂਦੀ ਰਹਿੰਦੀ ਹੁੰਦੀਆਂ ਨੇ, ਇਹਨਾਂ ਦਾ ਸਾਹਮਣਾ ਕਰਨ ਦੀ ਲੋੜ ਹੁੰਦੀ ਹੈ, ਨਾ ਕਿ ਇਹਨਾਂ ਤੋਂ ਭੱਜਣ ਦੀ। ਠੀਕ ਹੈ ਬਾਪੂ ਜੀ।